ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਪਾਠ ਦੂਜਾ ਬਹੁਪਦ ਅਭਿਆਸ ਨੰਬਰ 2.4 ਤੇ ਦੂਸਰਾ ਸਵਾਲ ਜਿਹੜੇ ਤਿੰਨ ਪਾਗ ਨੇ ਇਸ ਵੀਡੀਓ 'ਚ ਕਰਾਂਗੇ ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਕੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਵੀਡੀਓ ਨੂੰ ਬੜੀ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਅਤੇ ਮਗਰੋਂ ਦੀ ਇਸ ਸਵਾਲ ਦੇ ਸਾਰੇ ਪਾਗਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁ크ਰੀਏ ਸੋ ਬੱਚਿਓ ਐਸਵਾਲ ਪਹਿਲੇ ਸਵਾਲ ਵਰਗਾ ਹੀ ਹੈ ਪਰ ਇਹਦੇ ਵਿੱਚ ਜਿਹੜੇ GX ਹੈਗੇ ਨੇ ਉਹ ਵੱਖਰੇ ਵੱਖਰੇ ਹੈਗੇ ਨੇ ਵੀ ਜਿਹੜਾ ਪਤਾ ਲਗਾਣਾ ਕਿ ਗੁਣਨਖੰਡ ਹੈ ਜਾਂ ਨਹੀਂ ਉਹ ਵੱਖਰਾ ਵੱਖਰਾ ਹੈਗਾ ਸੋ ਸਿਧਾਂਤ ਉਹੀ ਹੈ ਜੋ ਪਹਿਲੇ ਸਵਾਲ ਵਿੱਚ ਸੀ ਕਿ ਜੇਕਰ ਰੇਖੀ ਬਹੁਪਦ ਜਿਹਨੂੰ ਅਸੀਂ GX ਲੈ ਕੇ ਚੱਲਾਂਗੇ ਦੇ ਸਿਫਰ ਨੂੰ ਬਹੁਪਦ PX ਵਿੱਚ ਭਰਨ ਤੇ ਪ੍ਰਾਪਤ ਹੋਇਆ ਮੁੱਲ ਸਿਫਰ ਹੋਵੇ ਤਾਂ GX PX ਦਾ ਗੁਣਨਖੰਡ ਹੁੰਦਾ ਹੈ ਸੋ ਇਹ ਗੱਲ ਨੂੰ ਬੱਚਿਓ ਚੰਗੀ ਤਰ੍ਹਾਂ ਇਹਨੂੰ ਕੰਟ ਕਰ ਲੋ ਇਸੇ ਸਿਧਾਂਤ ਦੇ ਆਧਾਰ ਤੇ ਅਸੀਂ ਉਹਨਾਂ ਵੱਲ ਸਵਾਲ ਕਰਾਂਗੇ ਸਭ ਤੋਂ ਪਹਿਲਾ ਸਵਾਲ ਦੂਜਾ ਇਹਦੇ ਤਿੰਨ ਭਾਗ ਨੇ ਤੇ ਇਹ ਦੇਖੋ gx ਵੱਖਰੇ ਵੱਖਰੇ ਨੇ ਪਹਿਲੇ ਸਵਾਲ 'ਚ ਅਸੀਂ ਕੀਤਾ ਸੀ ਉਹ ਸਾਰਿਆਂ ਵਿੱਚ ਉਹਨਾਂ ਨੇ x 1 ਹੀ ਰੱਖਿਆ ਸੀਗਾ ਇੱਥੇ x 2 x 3 ਵੱਖਰੇ ਵੱਖਰੇ ਨੇ ਸੋ ਕਹਿੰਦੇ ਗੁਣਨਖੰਡ ਥਿਊਰਮ ਲਾਗੂ ਕਰਕੇ ਦੱਸੋ ਕਿ ਹੇਠਾਂ ਦਿੱਤੀਆਂ ਸਥਿਤੀਆਂ ਵਿੱਚੋਂ ਹਰੇਕ ਸਥਿਤੀ ਵਿੱਚ gx px ਦਾ ਇੱਕ ਗੁਣਨਖੰਡ ਹੈ ਜਾਂ ਨਹੀਂ ਠੀਕ ਹੈ ਆਓ ਇੱਕ ਇੱਕ ਕਰਕੇ ਕਰੀਏ ਸੋ ਪਹਿਲਾ ਇਹ ਸਵਾਲ ਵਿੱਚ ਦਿੱਤਾ ਹੈ ਪੀ ਐਕਸ ਐ ਦਿੱਤਾ ਹੈ ਅਤੇ ਜੀ ਐਕਸ ਸਾਨੂੰ ਐ ਦਿੱਤਾ ਹੈ ਠੀਕ ਹੈ ਸੋ ਹੁਣ ਐਕਸ ਜਮਾ 1 ਬਰਾਬਰ 0 ਨੂੰ ਹੱਲ ਕਰਕੇ ਐਕਸ ਬਰਾਬਰ ਆ ਗਿਆ ਘਟਾ 1 ਜਾਂ ਐਕਸ ਜਮਾ 1 ਦਾ 0 ਹੈ ਘਟਾ 1 ਹੁਣ ਪੀ ਐਕਸ ਵਿੱਚ ਰਿਣਾਤਮਕ 1 ਦਾ ਮੁੱਲ ਭਰਿਆ ਤੇ ਪੀ ਰਿਣਾਤਮਕ 1 ਹੋ ਗਿਆ ਇਹ 2 ਐਕਸ ਦੀ ਥਾਂ ਰਿਣਾਤਮਕ 1 ਦੀ ਘਾਤ 3 ਜਮਾ ਰਿਣਾਤਮਕ 1 ਦੀ ਘਾਤ 2 ਫਿਰ ਘਟਾ 2 ਤੇ ਐਕਸ ਹੈਗਾ ਤੇ ਰਿਣਾਤਮਕ 1 ਤੇ ਘਟਾ 1 ਸੋ ਰਿਣਾਤਮਕ 1 ਦੀ ਘਾਤ 3 ਤੇ جواب ਆਏਗਾ ਰਣਾਤਮਕ ਇੱਕ ਸੁਰਨਾਤਮਕ ਇੱਕ ਉਹਨਾਂ ਦੋ ਹੋ ਜਾਏਗਾ ਇਹ ਦੋ ਰਣਾਤਮਕ ਇੱਕ ਤੇ ਜਮਾ ਰਣਾਤਮਕ ਇੱਕ ਦਾ ਵਰਗ ਬਣ ਜਾਏਗਾ ਇੱਕ ਸੋ ਜਮਾ ਇੱਕ ਆ ਗਿਆ ਸੋ ਜਮਾ ਇਹ ਘਟਾ ਇਹ ਘਟਾ ਸੋ ਘਟਾ ਘਟਾ ਜਿਹੜੇ ਗੁਣਾ ਹੋਣਗੇ ਰਣਾਤਮਕ ਦੋ ਗੁਣਾ ਰਣਾਤਮਕ ਇੱਕ ਤੇ ਬਣ ਜਾਏਗਾ ਜਮਾ ਦੋ ਤੇ ਇਹ ਰਣਾਤਮਕ ਇੱਕ ਸੋ ਇਹ ਦੋ ਨੂੰ ਰਣਾਤਮਕ ਇੱਕ ਨਾਲ ਗੁਣਾ ਕੀਤਾ ਬਣ ਗਿਆ ਰਣਾਤਮਕ ਦੋ ਜਮਾ ਇੱਕ ਦੋ ਰਣਾਤਮਕ ਇੱਕ ਰਣਾਤਮਕ ਦੋ ਦੇ ਨਾਲ 네ਗੇਟਿਵ ਦੋ ਦੇ ਨਾਲ ਇਹ ਪੋਜ਼ਿਟਿਵ ਦੋ ਕੱਟਿਆ ਗਿਆ ਐ ਪਲੱਸ ਇੱਕ ਦੇ ਨਾਲ 네ਗੇਟਿਵ ਇੱਕ ਕੱਟਿਆ ਗਿਆ ਤੇ ਜਵਾਬ ਆ ਗਿਆ ਜ਼ੀਰੋ ਜੇ ਸਿਫਰ ਆ ਜਾਏ ਤੇ ਇਹਨਾਂ ਦਾ ਗੁਣਨਖੰਡ ਹੈ ਸੋ ਕਿਉਂਕਿ ਪੀ ਰਨਾਤਮਕ ਇੱਕ ਬਰਾਬਰ ਸਿਫਰ ਹੈ ਇਸ ਲਈ ਐਕਸ ਜਮਾ 1 ਐਵਲੇ ਗੁਣਨਖੰਡ ਦਾ ਜੋ ਦਿੱਤਾ ਇਸ ਮਤਲਬ ਇਹ ਐਵਲੇ ਬਹੁਪਦ ਦਾ ਗੁਣਨਖੰਡ ਹੈ ਠੀਕ ਹੈ ਜੀ ਅੱਗੇ ਚਲੀਏ ਹੁਣ ਅਗੇ ਦੂਜਾ ਭਾਗ ਬੱਚਿਓ ਜਿਸ ਦਿੱਤਾ ਹੈ ਪੀ ਐਕਸ ਬਰਾਬਰ ਐਕਸ ਦੀ ਘਾਤ 3 ਜਮਾ 3 ਐਕਸ ਵਰਗ ਜਮਾ 3 ਐਕਸ ਜਮਾ 1 ਤੇ ਹੁਣ ਜੀ ਐਕਸ ਦਿੱਤਾ ਹੈ ਐਕਸ ਜਮਾ 2 ਸੋ so, ਹੁਣ x 2 0 ਨੂੰ ਹੱਲ ਕਰਕੇ x ਆ ਜਾਏਗਾ 2 ਇੱਥੇ ਸੱਜੇ ਪਾਸੇ ਚਲਾ ਜਾਏਗਾ x ਰਣਾਤਮਕ 2 ਹੋ ਗਿਆ ਜਾਂ ਅਸੀਂ ਕਹਿ ਸਕਦੇ ਹਾਂ ਕਿ x 2 ਦਾ 0 ਹੈ ਰਣਾਤਮਕ 2 ਹੁਣ ਇਹਦਾ 0 ਨੂੰ ਅਸੀਂ px ਵਿੱਚ ਭਰਨਾ ਹੈ ਸੋ ਹੁਣ px ਵਿੱਚ ਰਣਾਤਮਕ 2 ਦਾ ਮੁੱਲ ਭਰ ਕੇ ਆ ਜਾਏਗਾ p ਰਣਾਤਮਕ 2 ਬਰਾਬਰ ਹੋ ਜਾਏਗਾ ਰਣਾਤਮਕ 2 ਦੀ ਘਾਤ 3 3 ਤੇ ਰਣਾਤਮਕ 2 ਦਾ ਵਰਗ ਇਹ ਨਿੱਤੇ ਨਾਲ ਰਣਾਤਮਕ 2 ਹੈ ਨਾ ਇਹਵਲਾ ਤੇ 3 ਇਹਵਲਾ ਤੇ ਰਣਾਤਮਕ 2 ਤੇ 1 ਰਿਨਾਤਮਕ 2 ਦੀ ਘਾਤ 3 ਜੇ ਘਾਤ 3 ਹੋਵੇ ਮਤਲਬ ਕਿ ਘਾਤ ਤਾਂਗ ਸੰਖਿਆ ਹੋਵੇ ਤੇ ਬੱਚੇ ਰਿਨਾਤਮਕ ਦਾ ਚਿੰਨ ਕਾਇਮ ਰਹਿੰਦਾ ਸੋ 2 ਦੀ ਘਾਤ 3 ਉਹ ਜਗਾ 2*2*2 4*2 8 ਤੇ ਬਣ ਗਿਆ ਰਿਨਾਤਮਕ 8 ਠੀਕ ਹੈ ਤੇ ਜਮਾ ਇਹ ਰਿਨਾਤਮਕ 2 ਦਾ ਵਰਗ ਬਣ ਜਾਏਗਾ ਤਨਾਤਮਕ 4 2*2 4 ਠੀਕ ਹੈ ਕਿਉਂਕਿ ਜਿਸਤ ਸੰਖਿਆ ਹੈਗੀ ਹੈ ਜੋ ਘਾਤ ਹੈਗੀ ਹੈ ਸੋ 4 ਤੇ 4 3 12 ਜਮਾ 12 ਆ ਗਿਆ ਤੇ ਤਿੰਨ ਨੂੰ ਰਿਨਾਤਮਕ ਦੋ ਨਾਲ ਗੁਣਾ ਕੀਤਾ ਤੇ ਰਿਨਾਤਮਕ 6 ਆ ਗਿਆ ਰਿਨਾਤਮਕ 6 ਜਮਾ 1 ਕਿ ਹੁਣ ਬੱਚਿਓ ਇਹ ਦੇਖੋ 12 ਤੇ ਜਮਾ ਇੱਕ 13 ਤੇ ਰਿਨਾਤਮਕ ਇੱਕ ਤੇ ਰਿਨਾਤਮਕ 6 ਰਿਨਾਤਮਕ 8 ਤੇ ਰਨੋ 6 ਉਹ ਰਿਨਾਤਮਕ 14 ਸੋ 13 ਚ 14 ਗਿਆ ਰਿਨਾਤਮਕ ਇੱਕ ਜਵਾਬ ਆਇਆ ਜੋ ਕਿ 0 ਨਹੀਂ ਹੈਗਾ ਸੋ ਕਿਉਂਕਿ ਪੀ ਰਿਨਾਤਮਕ 2 0 ਦੇ ਬਰਾਬਰ ਨਹੀਂ ਹੈ ਇਹ ਦੇਖੋ ਬਰਾਬਰ ਦਾ ਚਿੰਨ ਹੁੰਤੇ ਇਹਦਾ ਕਾਟਾ ਮਾਰਿਆ ਪੀ ਰਿਨਾਤ ਸੋ ਇਹ 0 ਨਹੀਂ ਹੈਗਾ ਇਸ ਲਈ ਇਹ ਜੋ x ਜਮਾ 2 ਹੈਗਾ ਐਵੇਂ ਦੇ ਦਿੱਤੇ ਹੋਏ ਬਹੁਪਦ ਦਾ ਗੁਣਨਖੰਡ ਨਹੀਂ ਹੈ ਠੀਕ ਹੈ ਹੁਣ ਜੇ ਪੱਕਰੀਏ ਕੀਜਾ ਪਾ ਗਏ ਬੱਚੋ ਰਿਨਾਤ ਪੀ ਐਕਸ ਦਿੱਤਾ ਸਾਨੂੰ ਐਕਸ ਦੀ ਘਾਤ 3 4 ਐਕਸ ਵਰਗ ਐਕਸ 6 ਤੇ ਜਿਹੜਾ ਜੀ ਐਕਸ ਹੈਗਾ ਉਹ ਦਿੱਤਾ ਐਕਸ 3 ਹੁਣ ਐਕਸ 3 0 ਨੂੰ ਹੱਲ ਕਰਕੇ ਰਿਨਾਤਮਕ 3 ਨੂੰ ਸੱਜੇ ਪਾਸੇ ਜਾ ਕੇ ਹੋ ਜਾਏਗਾ ਧਨਾਤਮਕ 3 ਐਕਸ 3 ਜਾਂ ਅਸੀਂ ਕਹਿ ਸਕਦੇ ਹਾਂ ਕਿ ਐਕਸ 3 ਦਾ 0 ਹੈ 3 ਹੁਣ ਪੀ ਐਕਸ ਵਿੱਚ 3 ਦਾ ਮੁੱਲ ਭਰ ਕੇ ਸੋ 3 ਦੀ ਘਾਤ 3 ਏਡੀ ਥਾਂ ਭਰਿਆ 4 3 ਦਾ ਵਰਗ ਤੇ ਜਮਾ 3 ਤੇ ਜਮਾ 6 ਸੋਤੰਦਿਕ ਆਦਤਨ ਹੋ ਜਾਏਗਾ 3 ਤੇ 9 નોਤੀ 27 ਤੇ ਇਹ 3 ਦਾ ਵਰਗ 9 9 ਚ 36 ਤੇ ਇਥੇ ਘਟਾ ਦਾ ਨਿਸ਼ਾਨ ਹੈ ਘਟਾ 36 ਜਮਾ 3 ਤੇ ਜਮਾ 6 ਹੁਣ 27 ਜਮਾ 30 30 ਜਮਾ 6 36 ਤੇ ਘਟਾ 36 36 ਘਟਾ 36 ਆ ਗਿਆ 0 ਸੋ ਕਿਉਂਕਿ p 3 0 ਦੇ ਬਰਾਬਰ ਹੈ ਇਸ ਲਈ x 3 ਇਹ ਇਹ ਬਹੁਪੱਦ X ਦੀ ਘਾਤ ਤਨ ਕਟਾ 4X ਵਰਗ ਜਮਾ X ਵਾ 6 ਦਾ ਗੁਣਨਖੰਡ ਹੈ ਸੋ ਬੱਚਿਓ ਇਸ ਤਰ੍ਹਾਂ ਸਵਾਲ ਕਰਨੇ ਨੇ ਬੜਾ ਹੀ ਮਹੱਤਵਪੂਰਨ ਤੇ ਬੜਾ ਹੀ ਸਿੱਧਾ ਪਦਰਾ ਸਿਧਾਂਤ ਹੈਗਾ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਜਿਹਦੇ ਬਾਰੇ ਪਤਾ ਲਗਾਣਾ ਹੈ ਕਿ ਉਹ ਗੁਣਨਖੰਡ ਹੈ ਜਾਂ ਨਹੀਂ ਉਹਦਾ ਸਿਫਰ ਕੱਢੋ ਜਾਂ ਉਹਨੂੰ ਮਲਕੀ ਉਹਦਾ ਕਹਿਣ ਵਾਲਾ ਕਿ ਉਹਨੂੰ ਸਿਫਰ ਦੇ ਬਰਾਬਰ ਕਰਕੇ ਉਹ X ਦਾ ਮੂਲ ਪਤਾ ਕਰ ਲਓ ਚਲਦਾ ਮੂਲ ਪਤਾ ਕਰੋ ਉਹਨੂੰ ਫਿਰ ਜਿਹਦਾ ਗੁਣਨਖੰਡ ਪਤਾ ਕਰਨਾ ਹੈ ਹੈ ਕਿ ਨਹੀਂ ਹੈ ਉਹਦੇ ਵਿੱਚ ਭਰ ਦਿਓ ਤੇ ਜੇ ਤੇ ਮੂਲ ਅੰਦਾ ਹੈ ਉਹਦੀ ਵੈਲਿਊ ਆਉਂਦੀ ਹੈ ਸਿਫਰ ਫਿਰ ਤੇ ਗੁਣਨਖੰਡ ਹੈ ਜੇ ਸਿਫਰ ਨਹੀਂ ਆਉਂਦੀ ਫਿਰ ਗੁਣਨਖੰਡ ਨਹੀਂ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 2.4 ਦਾ ਸਵਾਲ ਦੂਜਾ ਤੁਸੀਂ اسی ਤਰ੍ਹਾਂ ਨਾਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ